ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਵਿੱਚ। ਹੋਰ ਸਾਰੇ ਕਿਵੇਂ ਠੀਕ ਠਾਕ ਹੋ? ਜੈਜ ਬੀਬੀ ਦਾ ਗਾਣਾ ਰਿਲੀਜ਼ ਹੋਇਆ ਵਾ ਰੀਅਲ ਟਾਈਮ ਖੰਡਾ, ਮਿਊਜ਼ਿਕ ਕੀਤਾ ਵਾ ਡਾਇਰੈਕਟਰ ਜੂਸ ਨੇ, ਤਾਂ ਜੋ ਕਰਦੇ ਹਾਂ ਚੈੱਕ ਅਤੇ ਮਾੜੀ ਜਿਹੀ ਡਿਸਕ੍ਰਿਪਸ਼ਨ 'ਤੇ ਝਾਤੀ ਮਾਰ ਲਈਏ। ਗਾਣਾ ਲਿਖਿਆ ਵਾ ਬੀਰ ਸਿੰਘ ਨੇ ਅਤੇ ਬਾਕੀ ਇੰਗਲਿਸ਼ ਲਿਰਿਕਸ ਵੀ ਹੈਗੇ ਨੇ, ਅਤੇ ਲੈਟਸ ਸਟਾਰਟ ਡਾਕਟਰ ਜੂਸ ਵਰਲਡਵਾਈਡ। ਕਿੰਨਾ ਸੋਹਣਾ ਵਿਊ ਆ ਕਿ ਹੈ ਨਾ, ਕਿ ਤਾਂ ਮਹਿਲ ਜਿਹੇ ਵਾਂਗੂ ਬਣਿਆ ਵਾ, ਤਲਵਾਰਾਂ ਤਲਵਾਰਾਂ 'ਤੇ ਜੱਜ ਵੀ ਵੀਰਾ ਖਲੋਤਾ ਹੋਇਆ ਉੱਥੇ। ਗੈਰਤ ਜਦ ਗੈਰਤ ਮੰਦ ਦੀ ਝੰਜੋੜੀ ਜਾਂਦੀ ਏ, ਪੱਗ ਦੇ ਵੱਲ ਉੱਠਦੀ ਉਂਗਲ ਫਿਰ ਤੋੜੀ ਜਾਂਦੀ ਏ, ਪੱਗ ਦੇ ਵੱਲ ਉੱਠਦੀ। ਬਾਈ ਦੀ ਕੀ ਕਹਿੰਦੇ ਵੋਕਲ ਆ ਨਾ, ਸੁਣ ਕੇ ਮੈਨੂੰ ਕੁਲਦੀਪ ਮਾਣਕ ਸਾਹਿਬ ਦੀ ਯਾਦ ਆ ਗਈ ਆ। ਤਾਂ ਬਾਈ ਨੇ ਕਹਿੰਦੇ ਫੋਟੋ ਵੀ ਲਾਈ, ਕਿਉਂਕਿ ਬਾਈ ਆਪਣਾ ਕੁਲਦੀਪ ਮਾਣਕ ਸਾਹਿਬ ਨੂੰ ਆਪਣਾ ਉਸਤਾਦ ਮੰਨਦਾ ਆ, ਅਤੇ ਵੀਰੇ ਦੀ ਵੋਕਲ ਵੀ ਕੀ ਕਹਿੰਦੇ ਕਿ ਕੁਲਦੀਪ ਮਾਣਕ ਸਾਹਿਬ ਨੂੰ ਮੈਚ ਕਰਦੀਆਂ ਨੇ। ਸਹੀ ਗੱਲ ਆ, ਕੰਡਾ ਟਾਈਮ ਨਾਲ ਕੱਢ ਦੋਗੇ ਤਾਂ ਵਧੀਆ ਗੱਲ ਆ, ਨਹੀਂ ਤਾਂ ਉਹੀ ਕੰਡੇ ਬਾਅਦ ਦੁੱਖ ਦਿੰਦੇ ਹੁੰਦੇ ਆ। ਅਤੇ ਵੀਰੇ ਦੀ ਮੈਨੂੰ ਬਹੁਤ ਗੱਲ ਪਿਆਰੀ ਲੱਗਦੀ ਕਿ ਵੀਰਾ ਆਪਣਾ ਕਹਿੰਦੇ ਕਿ ਆਪਣਾ ਜਦੋਂ ਵੀ ਵੀਡੀਓ ਕਰਦਾ ਤਾਂ ਖੰਡਾ ਵੀਰੇ ਨੇ ਪਾਇਆ ਹੀ ਪਾਇਆ ਹੁੰਦਾ ਵਾ। ਅਤੇ ਡਾਕਟਰ ਜੂਸ ਯਾਰ ਮਿਊਜ਼ਿਕ ਸਿਰਾ ਯਾਰ, ਬੰਦਾ ਬਹੁਤ ਟਾਈਮ ਤੋਂ ਕੀ ਕਹਿੰਦੇ ਬਾਈ ਦੇ ਮਿਊਜ਼ਿਕ ਸੁਣਦੇ ਆ, ਸਟਿਲ ਰੋਕਿੰਗ ਹੈ ਯਾਰ। ਬਾਈ ਕੀ ਕਹਿੰਦੇ ਕਿ ਆਪਣਾ ਮਹਾਰਾਜਾ ਲੁੱਕ ਵਿੱਚ ਰਹਿੰਦਾ ਵਾ, ਜਿੱਦਾਂ ਬਾਈ ਬੈਠਾ ਵਾ ਆਪਣਾ ਕੀ ਕਹਿੰਦੇ ਆ ਤਾਜ ਦੇ ਉੱਤੇ, ਅਤੇ ਬਾਈ ਨੇ ਸ਼ੂਜ਼ ਪਾਏ ਉੱਤੇ ਲਿਖਿਆ ਜੈਜੀ ਬੀ। ਇਹ ਜਿੱਦਾਂ ਵੀਡੀਓ ਆ ਜਿਹੜੀ ਉਹ ਲੱਗਦੀ ਜਿੱਦਾਂ ਆਪਣਾ ਕੀ ਕਹਿੰਦੇ ਆ ਕਿ ਉਹਨਾਂ ਦੇ ਹੁੰਦੇ ਨਹੀਂ ਦੇਵਤੇ ਆਪਣਾ ਗੋਰਿਆਂ ਦੇ, ਉਹ ਵਾਲਾ ਸਾਰਾ ਕੀ ਕਹਿੰਦੇ ਮਹਿਲ ਦੀ ਵਿੱਚ ਵੀਡੀਓ ਸ਼ੂਟ ਕੀਤੀ ਹੋਈ ਹੈ, ਜਾਂ ਆਈ ਥਿੰਕ ਵਿਜ਼ੂਅਲ ਯੂਜ਼ ਕੀਤੀ ਹੋਏਗੀ। ਸੱਚਾ ਹੀ ਹਿੰਮਤ ਕਰਦਾ ਮਾੜੇ ਤੋਂ ਖੜ ਨਹੀਂ ਹੁੰਦਾ, ਬੰਦਾ ਜੋ ਵਕਤ ਵਿਚਾਰੇ ਲੰਘਿਆ ਫਿਰ ਫੜ ਨਹੀਂ ਹੁੰਦਾ, ਲੰਘੇ ਵਕਤ ਲੰਘਿਆ ਕੀ ਕਹਿੰਦੇ ਕਿ ਹੱਥ ਨਹੀਂ ਹੁੰਦਾ। ਬੰਦਾ ਉਹੀ ਆ ਜਿਹੜਾ ਮੌਕਾ ਸਮਝੇ, ਟਾਈਮ ਸਹੀ ਟਾਈਮ ਤੇ ਸਹੀ ਫੈਸਲਾ ਲੈ ਜੇ, ਬਾਅਦ ਚ ਪਛਤਾਵਾ ਹੀ ਹੁੰਦਾ। ਇਹਨੂੰ ਕੀ ਪਛਤਾਉਣਾ, ਬਹਿ ਬਹਿ ਕੇ ਕਾਤੋ ਰੋਣਾ, ਲੰਘੇ ਨੂੰ ਕੀ ਪਛਤਾਉਣਾ, ਬਹਿ ਬਹਿ ਕੇ ਕਾਤੋ ਰੋਣਾ, ਵੇਲੇ ਸਿਰ ਤੀਰ ਕਮਾਨੋ ਛੱਡਣਾ ਹੀ ਪੈਂਦਾ ਏ, ਪੈਰਾਂ ਵਿੱਚ ਚੁੱਭਦਾ ਕੰਡਾ ਕੱਢਣਾ ਹੀ ਪੈਂਦਾ ਏ, ਪੈਰਾਂ ਵਿੱਚ ਚੁੱਭਦਾ ਕੰਡਾ। ਕਿੰਨੀ ਵਧੀਆ ਜੀ, ਵੀਰੇ ਨੇ ਫੋਨ ਕੱਢਿਆ ਤੇ ਫੋਟੋ ਦੇ ਵਿੱਚ ਵੀਡੀਓ ਅੱਗੇ ਚੱਲ ਪਈ। ਬਾਈ ਕੀ ਕਹਿੰਦੇ ਕਿੰਨੇ ਸਾਲਾਂ ਤੋਂ, ਆਈ ਥਿੰਕ ਬਾਈ 15-20 ਸਾਲਾਂ ਤੋਂ ਸਿੰਗਿੰਗ ਲਾਈਨ 'ਚ ਆ, ਤਾਂ ਅਜੇ ਬਾਈ ਡਾਊਨ ਟੂ ਅਰਥ ਆ, ਯੰਗ ਟੈਲੈਂਟ ਨੂੰ ਕੀ ਕਹਿੰਦੇ ਕਿ ਐਪਰੀਸ਼ੀਏਟ ਕਰਦਾ ਬਾਈ, ਬਹੁਤ ਵੱਡੀ ਯਾਰ ਗੱਲ ਆ ਬਾਈ। ਬਿਲਕੁਲ ਸਹੀ ਗੱਲ ਆ, ਜਿਨ੍ਹਾਂ ਨੇ ਕੀ ਕਹਿੰਦੇ ਕਿ ਅਣਖਾਂ ਸਾਂਭੀਆਂ ਹੋਈਆਂ ਨੇ, ਜਿਨ੍ਹਾਂ ਦੇ ਆਪਣੇ ਕਹਿੰਦੇ ਪੁਰਖਿਆਂ ਨੇ ਚੰਗੇ ਕੰਮ ਕੀਤੇ ਹੋਏ ਨੇ ਕਿ ਆਪਣਾ ਕੋਈ ਦੇਸ਼ ਲਈ ਜਾਂ ਕੌਮ ਲਈ ਕੁਝ ਕੀਤਾ ਹੋਇਆ ਨਾ, ਉਹ ਬੰਦੇ ਕਦੇ ਵੀ ਆਪਣੇ ਪੁਰਖਿਆਂ ਦੇ ਪੱਗ 'ਤੇ ਦਾਗ ਨਹੀਂ ਲੱਗਣ ਦਿੰਦੇ। ਜਦ ਛੇੜ ਕੇ ਖੰਗੇ ਪਾਣੀ, ਜਦ ਸਿਰ ਤੋਂ ਲੰਘੇ ਬੈਰੀ, ਜਦ ਛੇੜ ਕੇ ਖੰਗੇ ਪਾਣੀ, ਜਦ ਸਿਰ ਤੋਂ ਲੰਘੇ ਨਾ।
ਬਹੁਤ ਘੈਂਟ ਕੀ ਕਹਿੰਦੇ ਗਾਣਾ ਵੀਰੇ ਦੇ, ਕਿ ਵੀਰੇ ਦਾ ਗਾਣਾ ਸੁਣ ਕੇ ਕੀ ਕਹਿੰਦੇ ਕਿ ਕੁਲਦੀਪ ਮਾਣਕ ਸਾਹਿਬ ਦੀ ਯਾਦ ਆ ਗਈ, ਅਤੇ ਬਾਕੀ ਕੀ ਕਹਿੰਦੇ ਕਿ ਵੀਰ ਸਿੰਘ ਵੀਰੇ ਨੇ ਬਹੁਤ ਘੈਂਟ ਲਿਰਿਕਸ, ਅਤੇ ਜੈਜੀ ਬੀ ਡਾਕਟਰ ਯੂਸ ਅਤੇ ਲੀਗਾ ਦੇ ਵਿੱਚ ਕੀ ਕਹਿੰਦੇ ਕਿ ਆਪਣਾ ਰੈਪ ਸੀ, ਅਤੇ ਬਹੁਤ ਘੈਂਟ ਗਾਣਾ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।